और ਅਸੀਂ ਸਭ ਤੋਂ ਪਹਿਲਾਂ ਪ੍ਰੈਸ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਣਾ ਚਾਹੁੰਦੇ ਆ ਜਿਹੜਾ ਇੱਥੇ ਪ੍ਰੈਸ ਵਾਲਿਆਂ ਨਾਲ ਕੋਈ ਬਦਸਲੂਕੀ ਹੋਈ ਆ। ਅਸੀਂ ਪ੍ਰੈਸ ਦੇ ਵਿੱਚ ਵੀ ਸਾਰੇ ਜਥੇਬੰਦੀਆਂ ਵੱਲੋਂ ਅਸੀਂ ਮਾਫੀ ਮੰਗਦੇ ਆ ਵੀ ਜਿਹਨੇ ਵੀ ਉਹ ਗਲਤੀ ਕੀਤੀ ਉਹਦੀ ਨਿੰਦਾ ਕਰਦੇ ਆ ਤੇ ਅੱਗੇ ਤੋਂ ਇਹੋ ਜਿਹਾ ਕੁਝ ਨਾ ਹੋਵੇ ਇਹਦਾ ਅਸੀਂ ਪ੍ਰਬੰਧ ਕਰਕੇ ਰੱਖਾਂਗੇ ਪੂਰੇ ਕੱਟ ਦੇ ਵਿੱਚ ਵੀ ਕਿਸੇ ਵੀ ਪ੍ਰੈਸ ਦੇ ਜਿਨ੍ਹਾਂ ਨੇ ਸਾਨੂੰ ਅੱਜ ਤੱਕ ਦੇਸ਼ ਵਿਦੇਸ਼ ਤੱਕ ਪਹੁੰਚਾਇਆ ਸਾਡੀਆਂ ਗੱਲਾਂ ਤੱਕ ਲੈ ਕੇ ਗਏ ਤੇ ਸਾਥ ਸਾਡਾ ਸੰਘਰਸ਼ ਨੂੰ ਪੂਰਾ ਦਿੱਤਾ ਉਹਨਾਂ ਦਾ ਰਾਖੀ ਕਰਨੀ ਸਾਡਾ ਫਰਜ਼ ਬਣਦਾ ਤੇ ਜਿਹਨੇ ਵੀ ਇਹ ਸ਼ਰਾਰਤ ਕੀਤੀ ਆ ਉਹਦੀ ਬਹੁਤ ਅਸੀਂ ਨਿੰਦਾ ਕਰਦੇ ਹਾਂ। ਦੂਜਾ ਜਿਹੜਾ ਅੱਜ ਫੈਸਲੇ ਮੀਟਿੰਗ 'ਚ ਹੋਏ ਨੇ ਉਹਨਾਂ ਬਾਰੇ ਅਸੀਂ ਦੱਸ ਰਹੇ ਹਾਂ ਤੇ ਉਸ ਤੋਂ ਬਾਅਦ ਤੁਹਾਡੇ ਜਿਹੜੇ ਸਵਾਲ ਜਵਾਬ ਹੋਣਗੇ ਉਹ ਸਾਡੇ ਸਾਥੀ ਤੇ ਮੈਂ ਹਰਮੀਤ ਸਿੰਘ ਬੀ ਕੇ ਯੂ ਕਰਦੀਆਂ ਪ੍ਰੈਜ਼ੀਡੈਂਟ ਮੈਂ ਅਸੀਂ ਸਾਰੇ ਤੁਹਾਨੂੰ ਜਵਾਬ ਦੇਵਾਂਗੇ। 13 ਜਨਵਰੀ ਨੂੰ ਸਾਰੇ ਲੋਹੜੀ ਮਨਾਵਾਂਗੇ ਅਤੇ 3 ਕਾਨੂੰਨ ਵਿੱਚ ਜਾਲ ਕੇ ਮਨਾਵਾਂਗੇ ਵੀ ਜਿੱਥੇ ਕਾਨੂੰਨ ਮਾਂ ਵਾਪਸ ਕੀਤੇ ਗਏ ਤਾਂ 3 ਜਨੂਨ ਅਸੀਂ ਲੋਹੜੀ ਤੌਰ 'ਤੇ ਉਹਨੂੰ ਬਦੀ ਦੀ ਗੱਲ ਦੇਖ ਕੇ ਉਹਨੂੰ ਜਾਲ ਕੇ ਸਾਰੇ ਪੂਰੇ ਭਾਰਤ 'ਚ ਮਨਾਏ ਜਾਣਗੇ। 6 ਤੋਂ ਲੈ ਕੇ 20 ਤੱਕ ਪੰਦਰਵਾੜਾ ਮਨਾਇਆ ਜਾਊ ਕਿਸਾਨੀ ਸੰਘਰਸ਼ ਦਾ। ਪੂਰੇ ਦੇਸ਼ ਦੇ ਵਿੱਚ ਅਲੱਗ ਅਲੱਗ ਰੂਪ ਦੇ ਵਿੱਚ ਰੈਲੀ ਜਾਂ ਮੰਗ ਪੱਤਰ ਜਾਂ ਧਰਨੇ ਜਾਂ ਉਹਦਾ ਕੋਈ ਵੀ ਤਰ੍ਹਾਂ ਦਾ ਵਿਰੋਧ ਕਰਨਾ ਵੀ ਕਾਲੇ ਕਾਨੂੰਨ ਨੂੰ ਮਾਫ਼ ਕੀਤਾ ਜਾਵੇ ਭਲਾ ਬੋਰਡ ਲੱਗੇ ਹੁਣ ਭਲਾ ਚੌਂਕ 'ਚ ਕਿਸੇ ਤਰ੍ਹਾਂ ਦਾ ਵੀ ਸੰਘਰਸ਼ ਦੇ ਰੂਪ ਦੇ ਵਿੱਚ ਉਹ ਸਾਰਾ 15ਵਾਂ ਦਾੜਾ ਅਸੀਂ ਕਿਸਾਨੀ ਦੇ ਨਾਂ 'ਤੇ ਪੂਰੇ ਦੇਸ਼ 'ਚ ਮਨਾਇਆ ਜਾਊਗਾ। 18 ਤਰੀਕ ਸਾਰੇ ਦੇਸ਼ ਦੇ ਵਿੱਚ ਔਰਤ ਕਿਸਾਨ ਦੇ ਵਿੱਚ ਦੇ ਤੌਰ 'ਤੇ ਅਸੀਂ ਮਨਾਵਾਂਗੇ ਇੱਥੋਂ ਸਟੇਜ ਤੋਂ ਵੀ ਮਨਾਵਾਂਗੇ ਅਤੇ ਬਾਕੀ ਸਾਰੇ ਦੇਸ਼ ਜਿੱਥੇ ਜਿੱਥੇ ਸਾਡੇ ਕਿਸਾਨ ਵੀਰ ਮਨਾਉਣਗੇ ਉਹ ਪੂਰੇ ਦੇਸ਼ 'ਚ ਮਨਾਇਆ ਜਾਊਗਾ। 23 ਤਰੀਕ ਨੂੰ ਆਜ਼ਾਦ ਹਿੰਦ ਕਿਸਾਨ ਦਿਵਸ ਮਨਾਇਆ ਜਾਊਗਾ। ਇਸ ਤੋਂ ਇਲਾਵਾ ਜਿਹੜੇ ਅਸੀਂ ਨਿੰਦਾ ਕਰਦੇ ਹਾਂ ਅੱਜ ਜਿਹੜੇ ਸੰਗਰੂਰ ਦੇ ਵਿੱਚ ਲਾਠੀਚਾਰਜ ਸਾਡੇ ਵਰਕਰਾਂ 'ਤੇ ਕੀਤਾ ਗਿਆ ਅਤੇ ਕਾਫੀ ਸੱਟਾਂ ਵੀ ਲੱਗੀਆਂ ਅਤੇ ਜਿਹੜੀ ਸਰਕਾਰ ਨੇ ਉਹਨਾਂ ਦੀ ਇਹ ਸਾਜ ਕੀਤੀ ਹੈ ਅਤੇ ਕਿ ਡਾਕਟਰ ਹਸਪਤਾਲ ਵੀ ਗਏ ਨੇ ਅਤੇ ਸੱਟਾਂ ਕਾਫੀ ਸੀਰੀਅਸ ਵੀ ਨੇ ਅਸੀਂ ਸਰਕਾਰ ਦੀ ਵੀ ਨਿੰਦਾ ਕਰਦੇ ਹਾਂ ਅਤੇ ਜਿਹੜੇ ਬੀਜੇਪੀ ਦੇ ਵਰਕਰ ਉੱਥੇ ਮੀਟਿੰਗਾਂ ਰੈਲੀਆਂ ਕਰਨ ਜਾਂਦੇ ਆ ਸਾਡਾ ਘਰਾਓ ਦਾ ਅੱਜ ਦਾ ਨਹੀਂ ਪਿਛਲੇ 97 ਦਿਨ ਦਾ ਪ੍ਰੋਗਰਾਮ ਬਣਿਆ ਹੋਇਆ ਵੀ ਜਿੱਥੇ ਵੀ ਬੀਜੇਪੀ ਜਾ ਕੇ ਆਪਣੀ ਕੋਈ ਮੀਟਿੰਗ ਜਾਂ ਰੈਲੀ ਕਰੂਗੀ ਉਹਦਾ ਅਸੀਂ ਵਿਰੋਧ ਕਰਾਂਗੇ ਜਦ ਤੱਕ ਇਹ ਕਾਲੇ ਕਾਨੂੰਨ ਨਹੀਂ ਵਾਪਸ ਲਿੱਤੇ ਜਾਂਦੇ। ਉਹਦੇ ਮਾਤਮੀ ਉਹ ਗਏ ਕਿਸਾਨ ਵੀਰ ਗਏ ਸੀ ਅਤੇ ਮੁੜੋ ਲਾਠੀਚਾਰਜ ਕੀਤੇ ਗਏ ਸੰਗਰੂਰ 'ਚ ਨਿੰਦਾ ਕਰਦੇ ਹਾਂ। ਹੁਸ਼ਿਆਰਪੁਰ ਦੇ ਵਿੱਚ ਇੱਕ ਬੀਜੇਪੀ ਦੇ ਨਿੰਦਾ ਕਰਨ ਦੇ ਤੌਰ 'ਤੇ ਇੱਕ ਗੋਹੀ ਟਾਈ ਲਾਈ ਗਈ ਸੀ ਉਹ ਵੀਰ ਦੇ ਉਲਟ 307 ਦਾ ਪਰਚਾ ਪਾਇਆ ਗਿਆ ਜਿਹੜੀ ਅਸੀਂ ਇੱਥੋਂ ਫੈਸਲਾ ਕੀਤਾ ਵੀ ਉਹਦਾ ਨਿੰਦਾ ਕਰਦੇ ਹਾਂ ਵੀ ਇੱਕ ਤਾਂ ਗੋਹਾ ਸੁੱਟਣ 'ਤੇ 307 ਦੇ ਪਰਚੇ ਪਾਉਣੇ ਨਜਾਇਜ਼ ਪਰਚੇ ਪਾਉਣੇ ਬਹੁਤ ਗਲਤ ਨੇ ਅਤੇ ਬੀਜੇਪੀ ਦਾ ਜਿਹੜਾ ਪੂਰੇ ਦੇਸ਼ ਦੇ ਵਿੱਚ ਜਿਵੇਂ ਵਿਰੋਧ ਚੱਲ ਰਿਹਾ ਸਾਰੇ ਲੀਡਰਾਂ ਦਾ ਵਿਰੋਧ ਜਾਰੀ ਰਹੂਗਾ। ਕੱਲ੍ਹ ਦੀ ਮੀਟਿੰਗ 'ਤੇ ਸਾਡੀ ਗੌਰ ਆ ਵੀ ਸਰਕਾਰ ਕਿਹੜੇ ਹਿਸਾਬ ਨਾਲ ਲੈਂਦੀ ਹੈ ਉਹਦੀ ਅੱਜ ਅਸੀਂ ਬੁਲਾਰੇ ਨਿਯੁਕਤ ਕਰ ਚੁੱਕੇ ਹਾਂ ਅਤੇ ਸਾਡੀ ਸਾਰੀ ਤਿਆਰੀ ਆ ਆਪਦੇ ਜਿਹੜੇ 3 ਕਾਨੂੰਨ ਅਤੇ MSP ਨੂੰ ਨਵਾਂ ਕਾਨੂੰਨ ਬਣਾਉਣਾ ਇਹ 2 ਮੁੱਦੇ ਆਪਣੇ ਮੇਨ ਉੱਥੇ ਰਹਿ ਗਏ ਆ ਵੀ 3 ਕਾਨੂੰਨਾਂ ਨੂੰ ਵਾਪਸ ਲੈਣਾ ਅਤੇ ਕਿਵੇਂ ਦਿੱਤਾ ਜਾਊਗਾ ਅਤੇ ਜਾਂ MSP ਦੇ ਉੱਤੇ ਕਾਨੂੰਨ ਕਿਵੇਂ ਬਣਾਏ ਜਾਣਗੇ ਅਤੇ ਬਾਕੀ ਨੂੰ ਤੁਸੀਂ ਕੁਐਸਚਨਿੰਗ ਕਰ ਸਕਦੇ ਹੋ ਤੁਹਾਡੇ ਕੋਲ ਕੁਐਸਚਨਿੰਗ ਮੈਂ ਆਪਕੋ ਬਤਾਨਾ ਚਾਹਤਾ ਹੂੰ ਥੋੜ੍ਹਾ ਹਿੰਦੀ ਮੇਂ ਬੋਲ ਦੇਤੇ ਹੈ ਜੋ ਹਿੰਦੀ ਚੈਨਲ ਵਾਲੇ ਹੈ ਔਰ ਪੂਰੇ ਰਾਸ਼ਟਰ ਮੇਂ ਜਾਣਾ ਚਾਹੀਏ। 13 ਤਾਰੀਖ ਕੋ ਜੋ ਕ੍ਰਿਸ਼ੀ ਕਾਨੂੰਨ ਹੈ ਉਨਕੀ ਕਾਪੀਆਂ ਜਲਾ ਕਰ ਲੋਹੜੀ ਕਾ ਜੋ ਤਿਉਹਾਰ ਹੈ ਉਸਕੋ ਮਨਾਇਆ ਜਾਏਗਾ ਔਰ 6 ਸੇ 20 ਤਾਰੀਖ ਤੱਕ ਅਲੱਗ ਅਲੱਗ ਤਰੀਕੇ ਸੇ ਜੈਸੇ ਵੀ ਲੋਕ ਚਾਹੇ ਪੂਰੇ ਭਾਰਤ ਮੇਂ ਉਹ ਕਿਸਾਨੋਂ ਕੇ ਪੱਖ ਮੇਂ ਇਸ ਅੰਦੋਲਨ ਕੇ ਪੱਖ ਮੇਂ ਧਰਨਾ ਕਰੇ ਮਾਰਚ ਕਰੇ ਟਰੈਕਟਰ ਸੇ ਫਲੈਕਸ ਲਗਾਏ ਇਹ ਪੰਦਰਵਾੜਾ ਜੋ ਮਨਾਇਆ ਜਾਏਗਾ ਤੋ ਇਹ 6 ਸੇ 20 ਤੱਕ ਹੋਗਾ। ਉਸਕੇ ਇਲਾਵਾ 23 ਤਾਰੀਖ ਕੋ ਜੋ ਸੁਭਾਸ਼ ਚੰਦਰ ਜੀ ਕਾ ਦਿਵਸ ਆ ਰਹਾ ਹੈ ਉਸ ਦਿਨ ਕਿਸਾਨ ਦਿਵਸ ਮਨਾਇਆ ਜਾਏਗਾ। ਪਹਿਲੇ ਆਜ਼ਾਦ ਹਿੰਦ ਕੇ ਨਾਮ ਪੇ ਮਨਾਇਆ ਜਾਤਾ ਥਾ ਔਰ ਅਬ ਆਜ਼ਾਦ ਹਿੰਦ ਕਿਸਾਨ ਦਿਵਸ ਕੇ ਨਾਮ ਪੇ ਮਨਾਇਆ ਜਾਏਗਾ। ਔਰ ਉਸਕੇ ਇਲਾਵਾ ਜੋ ਆਜ ਲਾਠੀ ਚਾਰਜ ਕੀਆ ਹੈ ਸੰਗਰੂਰ ਮੇਂ ਇੱਕ ਬੀਜੇਪੀ ਕੇ ਨੇਤਾ ਕਾ ਘਿਰਾਓ ਕਰਨੇ ਗਏ ਥੇ ਕੁਛ ਕਿਸਾਨ ਉਨਪੇ ਲਾਠੀਚਾਰਜ ਕੀਆ ਪੰਜਾਬ ਸਰਕਾਰ ਨੇ ਉਸਕੀ ਸਖ਼ਤ ਨਿੰਦਾ ਕਰਤੇ ਹੈ ਔਰ ਆਪਕੇ ਜ਼ਰੀਏ ਹਮ ਉਨਕੋ ਜੋ ਪੰਜਾਬ ਸਰਕਾਰ ਹੈ ਉਸਕੋ ਅਵਗਤ ਕਰਾਤੇ ਹੈ ਕਿ ਅਗਰ ਆਪਨੇ ਯੇ ਲਾਠੀਚਾਰਜ ਨਾ ਬੰਦ ਕੀਆ ਜੋ ਜ਼ਿਆਦਤੀਆਂ ਨਾ ਬੰਦ ਕੀ
तो वहां भी मोर्चे उनके खिलाफ खुलेंगे, उनको चेतावनी देते हैं आपके जरिए से। इसी तरह होशियारपुर में जो टीक्षण सूद वहां से साबका कैबिनेट मिनिस्टर हैं, उन्होंने निंदा की थी किसानों की और बोला था कि दिल्ली में पिकनिक मनाने गए हैं तो लड़कों को उकसाया था, तो उन लड़कों ने वहां जाके गोबर की ट्रॉली उतार दी उनके गेट के आगे। तो देखिए कितना ये सरकारें हो, चाहे कांग्रेस की सरकार हो चाहे वो बीजेपी की सरकार हो, तो किसान के साथ कैसे करते हैं, ये कह सकते हैं कि लोकतंत्र को खत्म कर रहे हैं, संविधानिक तौर पे गलत कर रहे हैं। तो उनके ऊपर 452 का पर्चा और 307 का पर्चा, ये दोनों ही पर्चे तब होते हैं अगर कोई फौजदारी हो तो, कोई झगड़ा हो तो ये क्रिमिनल एक्ट है। उन्होंने कोई क्राइम नहीं किया, केवल गोबर की ट्रॉली दी है और वो गोबर की ट्रॉली के नाम पर उनके ऊपर पर्चे किए गए। और हम आपके माध्यम से ये भी बताएंगे कल वहां बड़ी संख्या में जो आसपास के संगठन है वो उनके जो सेक्रेटरियट है, जो हेडक्वार्टर है, वहां धरना कर रहे हैं और सरकार को चेतावनी दे रहे हैं कि इन सभी पर्चों को कैंसिल करें। और जो भद्दी शब्दावली उन्होंने इस्तेमाल किया है, जो साबका कैबिनेट मिनिस्टर टीक्षण सूद है, वो मीडिया में भी है, उनके ऊपर पर्चा किया जाए क्योंकि बहुत भद्दी शब्दावली उन्होंने वहां बोली है। तो ये सारी बातें आपको मैं अपने माध्यम से बताना चाहता था। और उसके आगे मैं अपने साथी बोलूंगा, हरसिंदर जी बोलेंगे कुछ। मैं हरसिंदर सिंह दुआबा, किसान संघर्ष कमेटी प्रधान, यही कहना चाहना कि जेडे किसानों के पर्चे नजायज कर रहे हैं उसके बाज आ जाए सरकार, पंजाब सरकार, सेंटर सरकार। जेकर इस तरह करती रही तो वह फिर सोडी कंट्रोल तो बाहर हो जाऊगा ना, उसनों इस गल से बहुत सख्त ध्यान देना चाहिए सरकार को, पंजाब सरकार को, कि बिल्कुल नजायज पर्चे कट्टे गए हैं। एक ढेर गोहे का एक ट्राली लाने के नाल किसी का कतल नहीं हो गया, जोड़ा कि 307 का पर्चा कट्टा गया। इस करके जोड़ा लाठीचार्ज संगरूर किया गया, इदा के काम करने तो आवाज आ जाए। संगत बहुत दुनिया मतलब परेशान है, किसान इन्ने चिर 3 महीने हो गए हैं संघर्ष लड़द पंजाब वाले, बाकी नाल लगते हुए अपने इतों 1.25 महीना इतने भी हो गया बैठे न दिल्ली। इस करके कि इदा के काम सरकार ना कर, लाठीचार्ज ना कर, शांतमई रख, इन्ना कुछ कहता हुआ। बाकी मेरे भाई मैं हरपाल सिंह संघा जी को बोलूंगा कि वो समर्थन करें। प्रधान जी ने बहुत कुछ बता दिया, मैं आजाद किसान कमेटी दोबा की ओर से हरपाल सिंह संघा बोल रहा हूँ। प्रधान जी ने और साढ़े राज साहब ने बहुत कुछ बता दिया। आज एक और खबर आ रही है कि यूपी में जो शाहजहानपुर से किसान नाका तोड़ के आगे आए थे, एक बार दोबारा पूछ रहे, फिर उनके ऊपर लाठीचार्ज कर दिया। अभी की लेट खबर है, हम जहां भी पुलिस ऐसे कर रही है, जहां भी कोई ऐसी बात कर रही है कि जो किसान जो है शांत में प्रोटेस्ट कर रहे हैं, किसी जगह भी ऐसा हमारे किसान है जो कोई वायलेंस की बात से बात नहीं कर रहे हैं, पर फिर भी सरकार उनको उकसा रही है, जो जहां उसको प्रकाकर ऐसा कुछ न कुछ किया जा सके। हम उन सभी की निंदा करते हैं। तो अभी आपका जो प्रश्न का नाम चलेगा, इसके बाद में अपने साथी को एक कहूंगा भी वो कुछ विचार इसके आगे रखे। देखिए मैं ओंकार सिंह अगौर, जनरल सेक्रेटरी भारतीय किसान यूनियन राजेवाल। आंदोलन का जो 37वां दिन है, जो सरकार है केंद्र सरकार वो अपना वतीरा जो अड़ियल वतीरा है, हटकर जो हठकर्मी बना रही है उसको ये छोड़ना चाहिए और किसानों की मांगों पर गंभीरता से विचार होना चाहिए। जो हमने 3 कृषि कानून रद्द करने की बात की है, हमारी बात वहीं खड़ी है और किसान जब तक ये कृषि कानून खत्म नहीं किए जाते वापस नहीं जाएंगे। यही आंदोलन जो है वो बढ़ता जाएगा, किसानों की और गिनती है जो वो इस संघर्ष में शामिल होती जाएगी। और एक अफसोस की बात है, जो किसान शहीद हो रहे हैं उनकी गिनती है जो दिन प्रतिदिन बढ़ती जा रही है। 4 किसान जो आज शहीद हुए, इस तरह ही पहले 60 से ऊपर गिनती है जो हो चुकी है। मैं समझता हूँ कि सरकार को इसका भी संज्ञान लेना चाहिए और सरकार के मुंह पे मैं समझता हूँ कि चपेड़ है, जो ऐसे हालात में किसान बैठे हैं, जहाँ ठंड में बैठे हैं, बुजुर्ग हैं,
और सुविधा हमें जो हमारे भाई है वो पूरी दे रहे हैं, लेकिन सरकार है उसको भी इसकी चिंता नहीं है। ये शेम शर्म वाली बात है सरकार के लिए। मैं इतना ही कहूँ। मैं परमान सिंह संधु प्रधान भारतीय किसान यूनियन पंजाब। मैं संगरूर के जोड़ा अज लाठीचार्ज भाजपाइया ने करवाया है किसानों से, वो बहुत मंदभागा से निंदा करते हैं। तो जोड़ा प्रधानमंत्री है नरेंद्र मोदी, इन्हें अडानी बानी के किसी भी नुकसान से दो तीन बार बोलिया है, तो साढ़े 60 किसान शहीद हो चुके हैं, जिन्हें तो एक बार भी प्रधानमंत्री नहीं बोलिया। ये भी बहुत मंदभागी गल आ। जगवीर सिंह चौहान प्रधान दुआबा किसान कमेटी। पिछले 36-37 दिन तो बहुत ही पीसफुली जिहड़ा यह प्रोटेस्ट हो रहा है और बड़ा शांतमई इत्थे धरना लगा हुआ, पर कुछ सरकार दे मंत्री साबका मंत्री एक बड़ी उत्साहू जिहड़ी आ बयानबाजी दे के साडे नौजवानों नूं भड़काहट दे विच लिया रहे आ। उहदा प्रत्यक्ष प्रमाण जिहड़ा आ हुशियारपुर दे विच होया आ, क्योंकि हुशियारपुर दे विच कुछ नौजवानों वालों एक गोबर की ही ट्राली जिहड़ी आ गेट मूहरे सिटी गई सी और उन्होंने उपर 307 ते 452 संगीन धरावान तहत जिहड़ा परचा दर्ज कर लिया इन्हां दी। मैं इत्थे निंदा करदा हाँ कि इहो जिहा एडे वड्डे कतल दे परचे दर्ज करने बहुत ही जिहड़ा इहनां वास्ते घटिया काम आ। एक मैं संगरूर दे विच जिहड़ा लाठीचार्ज होया आ साडे किसान वीरां ते, वह भी बड़ा एक मंदभागी घटना है। एक असी पिछे 1.5 महीना पहला पंजाब सरकार नूं गन्ने दे रेट प्रति एक मंग पत्र दिता गया सी। पंजाब भवन दे विच साडी मीटिंग हुई सी, सारियां किसान जथेबंदियां साडे नाल सी और उस वेले गन्ने का रेट वधाउण वास्ते जिहड़ा मंग पत्र दिता गया सी कि जिहड़ा पंजाब दा रेट आ हरियाणे दे बराबर किया जाए, क्योंकि गन्ने का रेट पिछले 4 सालों तो 310 रुपए प्रति क्विंटल से ही अड़िया होया आ। हालांकि 1.5 महीना हो गया हुण मिलां चलदियां नूं भी, परंतु पंजाब सरकार ने हाले तक कोई भी वो जिहड़ा मुल तय नहीं किया वादा करके। और उस दिन मुख्यमंत्री साहब ने यह गल कही सी कि एक हफ्ते दे विच असी कमेटी बना के इहदा मुल निर्धारित करके असी सारियां नूं अपनियां खंड मिलां नूं जिहड़ा भेज देवांगे नोटिफिकेशन, पर अज तक जिहड़ा नोटिफिकेशन जारी नहीं होया। असी अपील करदे हां मुख्यमंत्री साहब नूं कि इहदा गन्ने का रेट जल्दी तो जल्दी वधा के इहनूं भेजा जाए, 350 रुपया जिहड़ा गन्ने का रेट किया जाए, नहीं तो आने वाले दिनों के जिस तरह दिल्ली के संघर्ष हो रहा हो सकता असी पंजाब दे विच भी वड्डी पद्धर ते जिहड़ा इह संघर्ष करिए। जिहड़ी कल दी मीटिंग दी साडी तैयारी आ, मेनली जिहड़ा हैगा असी तीन जिहड़े बिल ने उह ते फोकस आ ते उह वापस कराउणे ते रद्द कराउण तक इस गल जारी रहेगा। तो जिहड़ा MSP दे उत्ते जिहड़ा कानून बनाउणा उहदे ते मीटिंग हैगी आ, कोई क्वेश्चनिंग हैगी आ तुसीं ਕਾਜਾ ਸਾਹਿਬ ਜਿਹੜਾ 6 ਤਰੀਕ ਨੂੰ ਤੁਸੀਂ ਟਰੈਕਟਰ ਮਾਰਚ ਕਰ ਰਹੇ ਹੋ, ਤੈਅ ਜਾਂ ਇਹਦੇ ਵਿੱਚ ਚੇਂਜਸ ਹੋ ਸਕਦੀਆਂ ਨੇ? ਨਹੀਂ, ਹਾਲੇ ਕੱਲ੍ਹ ਦੀ ਮੀਟਿੰਗ ਦੇਖਦੇ, ਸਾਡਾ ਤੈਅ ਆ, ਪ੍ਰੋਗਰਾਮ ਦੇ ਚੁੱਕੇ ਹਾਂ, ਤਿਆਰੀ ਸਾਡੀ ਫੁੱਲ ਆ ਅਤੇ ਕੱਲ੍ਹ ਦੀ ਮੀਟਿੰਗ ਦੇਖਦੇ ਹਾਂ ਸਰਕਾਰ ਦਾ ਕੀ ਰਵੇ ਲੱਗਦਾ। ਇੱਕ ਇਹ ਮੰਗ ਆ ਰਹੀ ਹੈ ਕਿ 26 ਜਨਵਰੀ ਨੂੰ ਜਿਹੜਾ ਟਰੈਕਟਰ ਮਾਰਚ ਕਰ ਰਹੇ ਹੋ, ਕੀ ਤੁਸੀਂ ਤਿਰੰਗੇ ਲਾ ਕੇ ਕਰਨਾ ਹੈ ਜਾਂ ਕਿਸਾਨੀ ਦੀ ਹਰੀ ਝੰਡੀ ਲਾ ਕੇ ਕਰਨਾ? ਹਰੀ ਝੰਡੀ ਵੀ ਅਤੇ ਤਿਰੰਗੇ ਵੀ, ਹਰੀ ਝੰਡੀ ਲੱਗੇ ਹੋਏ ਆ ਪਹਿਲਾਂ ਹੀ, ਉਹਦਾ 26 ਜਨਵਰੀ ਵਾਲੇ ਕੋਨਸਟੀਟਿਊਸ਼ਨ ਨੂੰ ਮੰਨਦੇ ਆ, ਉਹ ਨਹੀਂ ਮੰਨਦੇ ਪਏ ਜਿਹੜੇ ਸਟੇਟ ਦੇ ਹੈਗੇ ਆ ਹੱਕ, ਉਹ ਨਹੀਂ ਦੇ ਰਹੇ ਫੈਡਰਲ ਢਾਂਚੇ ਦੇ ਵਿੱਚ ਰੂਲਸ ਬਣਾ ਹੀ ਓਵਰ ਉਹ ਕਰਕੇ ਆ। ਕਲੀਅਰ ਕਰੋਗੇ ਕਿਵੇਂ ਦਾ ਪ੍ਰੋਟੈਸਟ ਹੋਊਗਾ ਜਿਹੜਾ 26 ਜਨਵਰੀ? ਇਹ ਤੁਹਾਨੂੰ ਅਗਲੇ ਮੀਟਿੰਗ 'ਚ ਕਲੀਅਰ ਕਰ ਦਾਂਗੇ ਸਰ। 26 ਜਨਵਰੀ ਬਹੁਤ ਦੂਰ ਆ ਹਾਲੇ, ਹਾਲੇ ਕੱਲ੍ਹ ਦੀ ਮੀਟਿੰਗ ਬਾਰੇ ਕੁਛ। AMP ਤੱਕ ਕਿੱਥੇ ਤੱਕ ਜਾਣ ਦਾ ਪ੍ਰੋਗਰਾਮ ਹੈਗਾ ਵੀ ਦੱਸ ਸਕਦੇ ਹੋ? ਕੱਲ੍ਹ ਦੱਸ ਦਿਓ, ਇਹ ਵੀ ਪਰਸੋਂ ਤੁਹਾਡੇ ਨਾਲ ਵੀ ਗੱਲ ਕਰਦਾ, ਕੱਲ੍ਹ ਨੂੰ ਮੀਟਿੰਗ ਕਿਹੜੀ ਹੈਗੀ ਉਹ ਤਾਂ ਦੱਸਿਓ। ਇਹ ਪ੍ਰੋਗਰਾਮ ਕਲੀਅਰ ਹੋ ਚੁੱਕੇ ਆ, PCA ਦੀ ਹੋ ਚੁੱਕੀ ਹੈ ਦਿੱਲੀ। ਹਰਸਿਮਰਤ ਕੌਰ ਬਾਦਲ ਦਾ ਫਿਰ ਤੋਂ ਬਿਆਨ ਆਉਂਦਾ ਹੈ ਕਿ ਮੈਨੂੰ ਬਿਲਕੁਲ ਨਹੀਂ ਪਤਾ ਸੀ ਇਹ ਬਿੱਲ ਕਿਸਾਨਾਂ ਦੇ ਖਿਲਾਫ ਨੇ, ਫਿਰ ਤੋਂ ਦੁਬਾਰਾ ਤੋਂ ਜਿਹੜਾ ਹੈਗਾ ਪ੍ਰਤੀਕਰਮ ਆਇਆ ਉਸ 'ਤੇ ਕੀ ਕਰਨਾ? ਇਹਨੂੰ ਹੁਣ ਪਤਾ ਲੱਗਿਆ ਹੋਣਾ ਵੀ ਸ਼ਾਇਦ ਬਿੱਲ ਗਲਤ ਸੀਗੇ, ਕਿਉਂਕਿ ਲੋਕ ਸਾਰੇ ਪੰਜਾਬ ਦੇ ਉੱਠ ਕੇ ਇੱਥੇ ਆ ਚੁੱਕੇ ਆ, ਇੱਕ ਵੀ ਜਗ੍ਹਾ ਸਾਈਨ ਨਹੀਂ ਕੀਤੇ ਕਹਿੰਦੇ। ਅੱਛਾ ਜੀ, ਹੁਣ ਸਾਈਨ ਦਾ ਤਾਂ ਉਹਨਾਂ ਨੂੰ ਪਤਾ ਹੋਊਗਾ ਵੀ ਕੀਤੇ ਨਹੀਂ ਕੀਤੇ, ਪਰ ਸਾਨੂੰ ਐਂ ਲੱਗਦਾ ਵੀ ਜਦੋਂ ਅਸੀਂ MLA MP ਜਿਤਾ ਕੇ ਭੇਜ ਦਿੰਦੇ ਹਾਂ ਕਿਸੇ ਨੂੰ, ਉਹਨਾਂ ਦੇ ਕੋਲੋਂ ਹੀ ਫਾਈਲਾਂ ਜਾਂਦੀਆਂ ਨੇ, ਉਹਨਾਂ ਨੂੰ ਆਹ ਫਾਈਲਾਂ ਦੇਖਣ ਵਾਸਤੇ ਭੇਜਦੇ ਹਾਂ ਉੱਥੇ, ਜੇ ਉਹਨਾਂ ਨੇ ਨਹੀਂ ਦੇਖੀਆਂ ਤਾਂ ਗਲਤ ਗੱਲ ਹੋਈ।
ਕਾਦੀਆਂ ਸਾਹਿਬ ਜਿਹੜੇ ਸ਼ਾਹਜਹਾਨਪੁਰ ਵਾਲੇ ਮੁੰਡੇ ਬੈਰੀਗੇਡ ਤੋੜ ਕੇ ਆਏ ਸੀਗੇ ਅੱਗੇ ਅੱਜ ਦੁਆਰਾ ਜਿਨ੍ਹਾਂ 'ਤੇ ਫਿਰ ਲਾਠੀਚਾਰਜ ਹੋਇਆ ਤਾਂ ਜਿਹੜੀਆਂ ਰਾਜਸਥਾਨ ਦੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਪਹਿਲਾਂ ਕਹਿਤਾ ਸੀਗਾ ਵੀ ਸਾਡਾ ਕੋਈ ਨਾਤਾ ਨਹੀਂ ਇਹਨਾਂ ਦੇ ਨਾਲ ਇਹ ਮੁੰਡੇ ਆਪਣੇ ਆਪ ਗਏ ਤਾਂ ਅੱਜ ਤੁਸੀਂ ਕੰਡੈਮ ਕਰ ਰਹੇ ਹੋ ਉਸ ਦਿਨ ਤੁਹਾਡੀ ਜਥੇਬੰਦੀਆਂ ਕਹਿੰਦੀਆਂ ਨੇ ਕਿ ਸਾਡਾ ਨਾਤਾ ਨਹੀਂ ਅੱਜ ਨਾਤਾ ਹੈਗਾ ਉਦੋਂ ਨਹੀਂ ਸੀ ਨਹੀਂ ਉਹ ਸਾਡੇ ਜਥੇਬੰਦੀਆਂ ਨੇ ਪਹਿਲਾਂ ਵੀ ਆਏ ਨੇ ਅਸੀਂ ਕਦੀ ਕਰੰਟ ਨਹੀਂ ਕੀਤਾ ਵੀ ਉਹ ਸਾਡੇ ਨਹੀਂ ਹੈਗੇ ਨਾ ਕਿਸੇ ਜਥੇਬੰਦੀ ਨੇ ਕੀਤਾ ਕਿਹਾ ਜੀ ਉਹਨਾਂ ਨੇ ਔਨ ਰਿਕਾਰਡ ਕਿਹਾ ਵੀ ਜਿਹੜੇ ਮੁੰਡੇ ਬੈਰੀਗੇਡ ਤੋੜ ਕੇ ਗਏ ਕਿਸੇ ਨੇ ਸਾਡੇ ਨਹੀਂ ਹੈਗੇ ਉਹ ਕਿਸੇ ਨੇ ਕਹਾਤਾ ਹੋਣਾ ਜਿਵੇਂ ਅੱਗੇ ਭਾਨੂ ਜੀ ਨੇ ਕਹਿਤਾ ਸੀਗਾ ਵੀ ਕਿਉਂ ਅਸੀਂ ਲੈਂਦੇ ਹਾਂ ਵਾਪਸ ਵੀ ਸਾਨੂੰ ਲਾਓ ਚੰਗੇ ਨੇ ਤੇ ਸਰਕਾਰਾਂ ਇਹੋ ਜਿਹਾ ਕੁਝ ਕਰਦੀਆਂ ਹੁੰਦੀਆਂ ਜੇ ਅਸੀਂ ਕੰਪਲੇਂਟ ਕਰ ਰਹੇ ਹਾਂ ਵੀ ਸਾਡੀ ਜਥੇਬੰਦੀਆਂ ਦੇ ਬੰਦੇ ਕੱਲ ਦੀ ਮੀਟਿੰਗ ਦੇ ਵਿੱਚ ਯੈਸ ਔਰ ਨੋ ਵਾਲੀ ਗੱਲਬਾਤ ਹੋਏਗੀ ਜਾਂ ਕੋਈ ਗੱਲਬਾਤ ਸਮਝਣ ਸਮਝਾਉਣ ਦੀ ਵੀ ਹੋਏਗੀ ਨਹੀਂ ਯੈਸ ਔਰ ਨੋ ਤੋਂ ਅੱਗੇ ਵੱਧ ਚੁੱਕੀ ਹੈ ਅਸੀਂ ਤਾਂ ਕਹਿੰਦਾ ਕਾਨੂੰਨ ਵਾਪਸ ਲੈ ਲਓ ਉਹ ਤਾਂ ਵਾਪਸ ਦੇਣੇ ਕਿਵੇਂ ਆ ਕਾਨੂੰਨ ਕੀ ਪ੍ਰਕਿਰਿਆ ਕਰਨੀ ਆ ਸਾਡੀ ਜਿਹੜੀ ਸਮਝ ਆ ਉਸ ਵਾਲੇ ਪਾਸੇ ਜਾ ਰਹੇ ਹਾਂ ਅਸੀਂ ਵੀ ਕਾਨੂੰਨੀ ਪ੍ਰਕਿਰਿਆ ਕਿਵੇਂ ਕਰੋਗੇ ਇਹਨੂੰ ਵਾਪਸ ਕਰਨ ਦੀ ਜੇ ਤੁਹਾਨੂੰ ਸਮਝਾਉਣਾ ਸ਼ੁਰੂ ਕਰਤਾ ਤੇ ਸਮਝਾਉਣ ਤੋਂ ਅੱਗੇ ਗੱਲ ਜਾ ਚੁੱਕੀ ਹੈ ਜੀ ਉਹਨਾਂ ਨੇ ਅੱਗੇ ਉਹਦੇ ਦੋ ਬਿੱਲ ਜਿਹੜੇ ਕੋਆਰਡੀਨੈਂਸ ਸੀ ਉਹ ਮੰਨ ਚੁੱਕੇ ਨੇ ਤੇ ਇਹ ਵੀ ਤਾਂ ਹੁਣ ਗੱਲ ਉਹ ਤੇ ਅੱਗੇ ਹੋਊਗੀ ਕਾਨੂੰਨੀ ਪ੍ਰਕਿਰਿਆ ਦੀ ਕਿਵੇਂ ਹੋਊਗੀ ਤਾਂ 26 ਜਨਵਰੀ ਨੂੰ ਬਹੁਤ ਜ਼ਿਆਦਾ ਸਿਕਿਉਰਿਟੀ ਹੁੰਦੀ ਹੈ ਦਿੱਲੀ ਹਰ ਸਾਲ ਤੇ ਇੰਨਾ ਵੱਡਾ ਟਰੈਕਟਰ ਮਾਰਚ ਅਗਰ ਕੱਢਿਆ ਜਾਵੇ ਕੋਈ ਕਲੈਸ਼ ਹੁੰਦਾ ਹੈ ਪੁਲਿਸ ਨਾਲ ਡਿਸਪਲਿਨ ਕਿਵੇਂ ਮੇਨਟੇਨ ਹੋਏਗਾ ਇਹ ਫਿਰ ਮੌਕੇ ਤੇ ਦੇਖਿਆ ਜਾਊਗਾ ਸਰਕਾਰ ਨੇ ਸੋਚਣਾ ਹੈ ਗੱਲ ਤਾਂ ਅਸੀਂ ਤਾਂ ਆਪਣੀ ਕਾਲ ਦੇਤੀ ਹੈ ਕਾਦੀਆਂ ਸਾਹਿਬ ਜਾਨਾਂ ਬਹੁਤ ਜਾਰੀਆਂ ਨੇ ਅੱਜ ਇੱਕ ਮਤਲਬ ਕੈਮਰੇ ਤੇ ਹੀ ਜਾਨ ਚਲੀ ਗਈ ਇੱਕ ਬਜ਼ੁਰਗ ਦੀ ਸ਼ਾਇਦ ਤੁਸੀਂ ਜੋ ਵੀਡੀਓ ਦੇਖੀ ਹੋਵੇ ਕੁਝ ਕਰ ਰਹੇ ਹੋ ਠੰਡ ਤੋਂ ਬਚਾਉਣ ਲਈ ਜਿਵੇਂ ਮੀਂਹ ਬਹੁਤ ਆ ਗਿਆ ਬਾਰਿਸ਼ ਬਹੁਤ ਆ ਗਈ ਕੋਈ ਪ੍ਰਬੰਧ ਹੋ ਰਹੇ ਅਸੀਂ ਹੁਣ ਜਿਹੜਾ ਆਹ ਕਹਿੰਦੇ ਲਿਫਾਫੇ ਵਾਲੇ ਜਿਹੜੇ ਉੱਪਰ ਵਾਟਰਪਰੂਫ ਟੈਂਟਿੰਗ ਆ ਉਹਦੀ ਅਸੀਂ ਹੁਣ ਅਰੇਂਜਮੈਂਟ ਕੀਤੀ ਆ ਦੇਖੋ ਅਸੀਂ ਸਰਕਾਰ ਦੇ ਬਰਾਬਰ ਤਾਂ ਹੈ ਨਹੀਂ ਜਿੰਨੀ ਸਾਡੇ ਤੋਂ ਕੋਸ਼ਿਸ਼ ਹੋ ਰਹੀ ਹੈ ਅਸੀਂ ਪੂਰੀ ਅਰੇਂਜਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਰਜਾਈਆਂ ਦੀ ਗੱਦਿਆਂ ਦੀ 1000 ਲੇਡੀਜ਼ ਦਾ ਉੱਥੇ ਮੰਗਿਆ KFC ਦੇ ਪਿੱਛੇ ਅਰੇਂਜਮੈਂਟ ਕੀਤਾ ਟੈਂਟਿੰਗ ਲਾ ਕੇ ਗੱਦੇ ਭੇਜੇ ਨੇ ਅਤੇ ਜਿੰਨੀ ਵੱਧ ਤੋਂ ਵੱਧ ਹੋ ਸਕਦੀ ਹੈ ਬਾਕੀ ਦੇਖੋ ਅਫਸੋਸ ਤਾਂ ਹੁੰਦਾ ਹੀ ਹੈ ਜੇ ਸਾਡੇ ਕੋਈ ਬੰਦਾ ਉਸ ਘਰ 'ਚ ਆ ਰਿਹਾ ਅਤੇ ਉਹਦੀ ਜਾਨ ਜਾ ਰਹੀ ਹੈ ਅਤੇ ਖਿਆਲ ਰੱਖਣ ਵਾਲੀ ਗੱਲ ਵੀ ਹੈ ਅਤੇ ਠੰਡ ਵੀ ਵੱਧ ਰਹੀ ਹੈ ਉਹਨੂੰ ਆ ਕੰਟਰੋਲ ਕਰ ਰਿਹਾ ਵੀ ਕਿਵੇਂ ਗਰਮ ਪਾਣੀ ਦਾ ਅਰੇਂਜਮੈਂਟ ਕੀਤਾ ਜਾਵੇ ਕਿਵੇਂ ਉਹਨਾਂ ਨੂੰ ਗਰਮ ਪਾਣੀ ਸਵੇਰੇ ਪੀਤਾ ਜਾਵੇ ਕਿਵੇਂ ਮੈਡੀਕਲੀ ਕਿਵੇਂ ਇਹਨਾਂ ਨੂੰ ਵਾਰਮ ਕਰ ਸਕਦੇ ਹਾਂ ਉਹਦਾ ਪੂਰਾ ਅਰੇਂਜਮੈਂਟ ਹੁਣ ਕਰਦੀ ਅੱਜ ਵੀ ਇਹੀ ਗੱਲ ਹੋਈ ਹੈ ਅਤੇ ਸਾਡੀ ਜਿਹੜੀ ਕਮੇਟੀ ਆ ਉਹਨੂੰ ਖਿਆਲ ਰੱਖੂਗੀ 4 ਜਨਵਰੀ ਨੂੰ ਕੱਲ੍ਹ ਨੂੰ ਮੀਟਿੰਗ ਹੋਣੀ ਹੈ ਦੁਬਾਰਾ ਫਿਰ ਮੀਟਿੰਗ ਚੱਲਦੀਆਂ ਰਹਿਣਗੀਆਂ ਸੰਭਾਵਨਾ ਜਾਂ ਇਹ ਸਰਕਾਰ ਦੀ ਮਰਜ਼ੀ ਹੈ ਸਾਡੀ ਤਾਂ ਨਹੀਂ ਹੈਗੀ ਇਸ ਤਰ੍ਹਾਂ ਸੰਘਰਸ਼ 'ਤੇ ਬੈਠੇ ਹਾਂ ਤਿੰਨ ਲੋ ਜਦ ਤੱਕ ਵਾਪਸ ਨਹੀਂ ਹੁੰਦੇ ਸਾਨੂੰ 4 ਦੀ ਹੋਵੇ ਭਲਾ 14 ਦੀ ਹੋਵੇ ਸਾਡਾ ਜਿਹੜਾ ਫੈਸਲਾ ਅਟਲ ਆ ਵੀ ਜਦ ਤੱਕ 3 ਲੋ ਵਾਪਸ ਨਹੀਂ ਹੁੰਦੇ ਜਦ ਤੱਕ ਅਸੀਂ ਇਹ ਤੋਂ ਥੱਲੇ ਕੋਈ ਮੰਨ ਨਹੀਂ ਮੰਨਣਾ ਅਗਰ ਕੱਲ੍ਹ ਦੀ ਮੀਟਿੰਗ 'ਚ ਕੋਈ ਸਿੱਟਾ ਨਹੀਂ ਨਿਕਲਦਾ ਤੇ ਅੱਗੇ ਮੀਟਿੰਗ ਜਾਰੀ ਰਹਿਣਗੀ ਅਗਰ ਉਹ ਬੁਲਾਉਂਦੇ ਨੇ ਇਹ ਮੀਟਿੰਗ ਤੋਂ ਬਾਅਦ ਡਿਸਕਸ ਹੁੰਦਾ ਹੁੰਦਾ ਜੀ ਸਾਡੀ ਯੈਸ ਔਰ ਨੋ ਤੇ ਅੜੀ ਆ ਕਿਹੜੀ ਗੱਲ 'ਤੇ ਸਾਡੀ ਗੱਲ ਲੜ ਗਈ ਉਹ ਤਾਂ ਮੀਟਿੰਗ ਕਰਾਂਗੇ ਤੁਹਾਡੇ ਦੌਰਾਨ ਵੀ ਸਾਨੂੰ ਸਰਕਾਰਾਂ ਦੇਖ ਹੀ ਰਹੀਆਂ ਨੇ ਵੀ ਕਿੱਦਾਂ ਦਾ ਲੈ ਕੇ ਆ ਰਹੇ ਅਸੀਂ ਦੱਸਦਾ ਕਹਿ ਰਹੇ ਵੀ ਜਾਂ ਕਾਨੂੰਨ ਵਾਪਸ ਲੈਣੇ ਆ ਉਹਦੇ ਬਾਰੇ ਜੇ ਸਲਾਹ ਕਰਦੇ ਹੋ ਤਾਂ ਅਸੀਂ ਆ ਰਹੇ ਹਾਂ ਅਤੇ ਸਾਡਾ ਜਿਹੜਾ 29 ਤਰੀਕ ਦੀ ਮੀਟਿੰਗ ਦਾ ਲੈਟਰ ਵੀ ਲਿਖ ਕੇ ਭੇਜੀ ਉਹ ਵੀ ਇਹੀ ਲਿਖੀ ਸੀਗੀ 4 ਏਜੰਡੇ ਸੀਗੇ 2 ਪੂਰੇ ਹੋ ਗਏ ਦੋਵਾਂ ਦੇ ਵਿੱਚ ਹੁਣ 1-3 ਕਾਨੂੰਨ ਨੇ ਪਹਿਲੇ ਦੇ ਵਿੱਚ ਅਤੇ ਦੂਜੇ MSP ਉਹ 'ਚ ਇਹ ਲਿਖਿਆ ਸੀਗਾ ਵੀ ਇਹ ਵਾਪਸ ਕਿਵੇਂ ਕੀਤੇ ਜਾਣਗੇ ਇਹ 'ਤੇ ਡਿਸਕਸ਼ਨ ਹੋਣੀ ਹੈ ਸਰ ਉਹ ਵੀ ਹਜੇ ਰਿਟਰਨ 'ਚ ਨਹੀਂ ਮਿਲੇ ਜਥੇਬੰਦੀਆਂ ਦਾ ਕਹਿਣਾ ਸੀਗਾ ਜਿਹੜਾ MSP ਦੇ ਸੋਰੀ ਪਰਾਲੀ 'ਤੇ ਗੱਲ ਹੋਈ ਔਰ ਬਿਜਲੀ ਐਕਟ 'ਤੇ ਅਤੇ ਉਹ ਗੱਲ ਪਹਿਲਾਂ ਚੱਕੀ ਜਾਵੇਗੀ ਰਿਟਰਨ 'ਚ ਮਿਲਣ ਰਿਟਰਨ ਤਾਂ ਦੇਖੋ ਜਿੰਨੇ ਫੈਸਲੇ ਹੋਣਗੇ ਸਾਰੀ ਜਥੇਬੰਦੀਆਂ ਲੈ ਕੇ ਆਉਣਗੀਆਂ ਕੱਲ੍ਹ ਦੀ ਮੀਟਿੰਗ ਦੇ ਵਿੱਚ ਵੀ ਸਾਰੀ ਜਥੇਬੰਦੀਆਂ ਜਿਨ੍ਹਾਂ ਨੇ ਪਿਛਲੀ ਮੀਟਿੰਗ ਅਟੈਂਡ ਕੀਤੀ ਸੀ ਉਹੀ ਸਾਰੀ ਕਰਨਗੇ 40 ਦੇ 40 ਜਥੇਬੰਦੀਆਂ ਜਾਣਗੀਆਂ ਥੈਂਕ ਯੂ